ਹੈਲੋ ਸਾਥੀਓ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਆਪ ਸਭ ਦਾ ਤੁਹਾਡੇ ਆਪਣੇ YouTube ਚੈਨਲ Exam Fair 2023 ਦਾ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ ਪ੍ਰੀਖਿਆ ਦੀ ਜੋ ਡੇਟਸ਼ੀਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ। ਜੀ ਹਾਂ 13 ਤਰੀਕ ਤੋਂ ਤੁਹਾਡੀ ਪ੍ਰੀਖਿਆ ਨੇ ਉਹ ਜੋ ਸਟਾਰਟ ਹੋਣ ਜਾ ਰਹੀਆਂ ਹਨ। ਤਾਂ ਬਹੁਤ ਸਾਰੇ ਵਿਦਿਆਰਥੀਆਂ ਦੇ ਮਨਾਂ ਵਿੱਚ ਬਹੁਤ ਸਾਰੇ ਡਾਊਟ ਹਨ ਪ੍ਰੀਖਿਆ ਬਾਰੇ। ਤਾ ਸਾਰੇ ਡਾਊਟ ਇਸ ਵੀਡੀਓ ਚ ਤੁਹਾਡੇ ਕਲੀਅਰ ਹੋ ਜਾਣਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਇੰਪੋਰਟੈਂਟ ਨਿਊਜ਼ ਵੀ ਦੱਸਣ ਜਾ ਰਹੇ ਹਾਂ ਕਿ ਚੈਨਲ ਕਿਉਂ ਸਬਸਕ੍ਰਾਈਬ ਕਰ ਲੈਣਾ ਹੈ ਤਾਂ ਚਲੋ ਜੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਦੋਸਤੋ 13 ਸਤੰਬਰ ਤੋਂ ਜੋ ਬਾਇਮੰਥਲੀ ਜੋ ਐਗਜ਼ਾਮ ਨੇ ਤੁਹਾਡੇ ਉਹ ਸਟਾਰਟ ਹੋਣ ਜਾ ਰਹੇ ਹਨ ਠੀਕ ਹੈ ਤੇ 6ਵੀਂ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਠੀਕ ਹੈ ਇਹਨਾਂ ਕਲਾਸਾਂ ਦੇ ਐਗਜ਼ਾਮ ਨੇ ਉਹ ਹੁਣ ਜਾ ਰਹੇ ਹਨ ਠੀਕ ਹੈ ਤਾਂ 13 ਤਰੀਕ ਤੋਂ ਸਟਾਰਟ ਨੇ ਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਮਨ ਵਿੱਚ ਡਾਊਟ ਹੈ ਕਿ ਇਹਨਾਂ ਦੇ ਨੰਬਰ ਕੀ ਜੋ ਫਾਈਨਲ ਪ੍ਰੀਖਿਆ ਹੈ ਉਸੇ ਜੁੜਨਗੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਹਾਂ ਬਿਲਕੁਲ ਜੁੜਨਗੇ ਠੀਕ ਹੈ ਤੇ ਇਹਨਾਂ ਪ੍ਰੀਖਿਆਵਾਂ ਵਿੱਚ ਜੋ 20% ਜੋ ਅਸੈਸਮੈਂਟ ਹੁੰਦੀ ਹੈ ਜੀ ਥੋੜੀ 20 ਹੁੰਦੀ ਹੈ ਜਾਂ 30 ਤੇ ਉਹ ਇਹਨਾਂ ਪੇਪਰਾਂ ਚੋ ਹੀ ਜੁੜਨਗੇ ਠੀਕ ਹੈ ਤੇ ਜਿਹੜੇ ਪਿੱਛੇ ਜੁਲਾਈ ਦੇ ਪੇਪਰ ਹੋਈ ਸੀ ਬਾਇ ਮੰਥਲੀ ਤੇ ਉਹਨਾਂ ਵਿੱਚ ਵੀ ਜੁੜੇ ਜੁੜਨਗੇ ਤੇ ਇਹਨਾਂ ਨੂੰ ਮਿਲਾ ਕੇ ਜੋ ਤੁਹਾਡੀ ਅਸੈਸਮੈਂਟ ਬਣਦੀ ਹੈ ਉਸੇ ਨੰਬਰ ਜੋ ਜੁੜਨਗੇ ਤਾਂ ਇਹ ਪ੍ਰੀਖਿਆ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਤੁਹਾਡੇ ਲਈ ਅਤੇ ਤੁਹਾਨੂੰ ਪਤਾ ਹੀ ਹੋਣਾ ਕਿ ਕਿਹੋ ਜਿਹੇ ਹਾਲਾਤ ਚੱਲ ਰਹੇ ਹਨ ਕਿ ਜੇਕਰ ਦੇਸ਼ ਵਿੱਚ ਦੁਬਾਰਾ ਫਿਰ ਤੋਂ ਲੋਕਡਾਊਨ ਲੱਗਦਾ ਹੈ ਤਾ ਤੁਹਾਡਾ ਰਿਜ਼ਲਟ ਇਨ ਪ੍ਰੀਖਿਆ ਦੇ ਬੇਸਿਸ ਤੇ ਵੀ ਆ ਸਕਦਾ ਹੈ ਤਾਂ ਹਜੇ ਤੱਕ ਕੋਈ ਵੀ ਪਤਾ ਨਹੀਂ ਕਿ ਤੀਜੀ ਲੇਅਰ ਕਦੇ ਵੀ ਮਰਜ਼ੀ ਆ ਸਕਦੀ ਹੈ ਠੀਕ ਹੈ ਤਾਂ ਦੋਸਤੋ ਇਹਨਾਂ ਪ੍ਰੀਖਿਆ ਨੂੰ ਤੁਸੀਂ ਲਾਈਟਲੀ ਬਿਲਕੁਲ ਵੀ ਨਹੀਂ ਲੈਣਾ ਇਹਨੂੰ ਪੱਕੀ ਪ੍ਰੀਖਿਆ ਦੀ ਤੌਰ ਤੇ ਦੇਖਣਾ ਹੈ ਤਾਂ ਦੂਜਾ ਪਰਸ਼ਨ ਇਹ ਹੀ ਜੋ बार-बार ਪੁੱਛਿਆ ਜਾ ਰਿਹਾ ਹੈ ਅੱਜ ਮੈਂ بتانے ਜਾ ਰਹਾ ਹੂੰ ਇੱਕ ਐਪ ਕੇ ਬਾਰੇ ਮੇ ਜੋ ਜਿਆਦਾ ਪੌਪੂਲਰ ਹੋ ਰਹੀ ਹੈ ਚਾਹੇ ਕੋਈ ਕੁਐਸਚਨ ਹੋ कोई डाउट हो या कोई कॉन्सेप्ट ना समझाए बोर्ड्स हो या फिर जेई नीट पढ़ाई में कोई भी दिक्कत आ रही हो तो उसका सलूशन है फिलो ऐप अपने डाउट को किसी भी वक्त सोल्व करें इन दीज थ्री स्टेप्स सबसे पहले इस ऐप को प्ले स्टोर या फिर ऐप स्टोर से डाउनलोड करें प्ले स्टोर या ऐप स्टोर पे फिलो सर्च करें और इसे डाउनलोड करें और डाउनलोड करने के बाद यहाँ पर अपना मोबाइल नंबर डालकर साइन अप करें अपने क्वेश्चन का पिक्चर लें या फिर उसे टाइप करें और फिर सबमिट करें और फिर वो आपको विद इन सिक्सटी सेकेंड में इंडिया के टॉप मोस्ट एक्सपर्ट से लाइव कॉल पर कनेक्ट कर देगा तो दोस्तों आप देख सकते हो ये कनेक्ट हो रहा है आपके क्वेश्चन में आप कहना चाहते हैं कि बल्ब की पावर कितनी है अगर बल्ब जो है वो 220 सौ वोल्टेज पर ऑपरेट हो रहा है राइट इस बैटरी का जो वोल्टेज है वो आपको गिवन है 220 तो ये आपको सिंपल रिलेशन हो गया यहाँ पर अब अगर कोई आपको और डाउट है तो आप बताइए नो सर थैंक यू थैंक यू यूज माय रेफर कोड efm002 फॉर 10% डिस्काउंट और बहुत ही बेस्ट ऐप है अभी जाके कि परीक्षा में लीक होण गया या नहीं तो दोस्तों मैं गारंटी बिल्कुल नहीं दूंगा कि परीक्षा में बिल्कुल ही लीक होण गया ਇਹ ਬਟ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਤੇ ਸਾਡੇ ਚੈਨਲ ਸਾਡੇ ਗਰੁੱਪ ਦਾ ਲਿੰਕ ਜ਼ਰੂਰ ਦੇ ਦੇਵਾਂਗਾ ਤੇ ਜੇਕਰ ਕੋਈ ਅਜਿਹੀ ਗੱਲ ਆਉਂਦੀ ਹੈ ਤੁਹਾਨੂੰ ਪੇਪਰ ਮਿਲ ਜਾਣਗੇ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਜੋ ਤੁਹਾਨੂੰ ਪੇਪਰ ਨੇ ਉਹ ਮਿਲ ਜਾਣਗੇ ਤਾਂ ਦੋਸਤੋ ਤੀਜਾ ਪਰਸ਼ਨ ਹੈ ਕਿ ਪ੍ਰੀਖਿਆਵਾਂ ਮੈਂ ਆਨਲਾਈਨ ਹੋਣ ਗਿਆ ਜਾਂ ਆਫਲਾਈਨ ਦਾ ਦੋਸਤੋ ਪ੍ਰੀਖਿਆਵਾਂ ਮੈਂ ਆਫਲਾਈਨ ਹੋਣਗੀਆਂ ਤੇ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਜਿਵੇਂ ਕਿ ਤੁਸੀਂ ਡੇਟਸ਼ੀਟ ਵਿੱਚ ਦੇਖ ਹੀ ਸਕਦੇ ਹੋ ਕਿ ਪ੍ਰੀਖਿਆਵਾਂ ਮੈਂ ਆਫਲਾਈਨ ਹੋਣਗੀਆਂ ਤਾਂ ਦੋਸਤੋ ਇੱਕ ਪਰਸਨ ਜੋ ਕਿ ਬਾਰ ਬਾਰ ਪੁੱਛਿਆ ਜਾ ਰਿਹਾ ਕਿ ਸਕੂਲ ਬੰਦ ਹੋਣਗੇ ਜਾਂ ਨਹੀਂ ਤਾਂ ਦੋਸਤੋ ਅਜੇ ਕੋਈ ਖਬਰ ਨਹੀਂ ਆਈ ਕਿ ਸਕੂਲ ਬੰਦ ਕੀਤੇ ਜਾਣਗੇ ਪਰ ਹਾਂ ਜੇਕਰ ਕੋਰੋਨਾ ਦੇ ਕੇਸਸ ਬਹੁਤ ਜ਼ਿਆਦਾ ਵਧਦੇ ਹਨ ਤਾਂ ਸਕੂਲ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ ਪਰ ਹਾਲੇ ਤੱਕ ਇਸ ਬਾਰੇ ਕੋਈ ਵੀ ਪੱਕੀ ਨਿਊਜ਼ ਨਹੀਂ ਆਈ ਕਿ ਸਕੂਲ ਬੰਦ ਹੋਣਗੇ ਜੀ ਹਾਂ ਜੇਕਰ ਕੋਰੋਨਾ ਦੇ ਕੇਸਸ ਵਧਦੇ ਹਨ ਤਾਂ ਡੈਫੀਨੇਟਲੀ ਜੋ ਸਕੂਲ ਨੇ ਉਹ ਬੰਦ ਹੋ ਸਕਦੇ ਹਨ ਤਾਂ ਫਿਲਹਾਲ ਅੱਜ ਦੀ ਵੀਡੀਓ ਚ ਨਹੀਂ ਜੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਨਾਲੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ